ਇਹ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਪ੍ਰਵਾਸੀ ਰੇਡੀਓ ਤੋਂ ਮੈਨੂੰ ਖੁਸ਼ੀ ਹੈ ਜੀ ਕਿ ਸਾਡੇ ਐਕਸਪਰਟ ਆਉਂਦੇ ਆ ਤੇ ਉਹ ਹਰ ਫੀਲਡ ਦੇ ਮਾਹਿਰ ਹੁੰਦੇ ਆ ਇਸ ਤਰ੍ਹਾਂ ਹੀ ਪ੍ਰਵੀਨ ਹੋਰੀ ਫਿਰ ਮਾਹਿਰ ਨੇ ਰੀਅਲ ਸਟੇਟ ਦੇ ਆਓ ਕਰਾਈਏ ਤੁਹਾਡੀ ਗੱਲਬਾਤ ਪ੍ਰਵੀਨ ਸਵਾਗਤ ਕਰਦੇ ਹਾਂ ਸਰੀ ਸਾਹਿਬ ਮੇਰੇ ਕਿਨਿਓ ਪ੍ਰਵਾਸੀ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਵਾਜ਼ ਪ੍ਰਵੀਨ ਇਸ ਤੋਂ ਪਹਿਲਾਂ ਕਿ ਇੱਕ ਦੋ ਖਾਸ ਵਿਸ਼ੇ ਤੇ ਮੈਂ ਤੁਹਾਨੂੰ ਸਵਾਲ ਪੁੱਛਾਂ ਮਾਰਕੀਟ ਦੀ ਪਹਿਲਾਂ ਦੱਸੋ ਕੀ ਸਿਚੁਏਸ਼ਨ ਹੈ ਸਰੀ ਸਾਹਿਬ ਮਾਰਕੀਟ ਦੇ ਵਿੱਚ ਥੋੜੀ ਜੀ ਜਿਹੜੀ ਚੇਂਜ ਆ ਉਹ ਆਣੀ ਸ਼ੁਰੂ ਹੋ ਗਈ ਆ ਜਿਸ ਤਰ੍ਹਾਂ ਕਿ ਜੇ ਮੈਂ ਗੱਲ ਕਰਾਂ ਬ੍ਰੈਂਟਨ ਤੇ ਮਿਸੀਸਾਗਾ ਦੀ ਜਿੱਥੇ ਕਿ ਆਪਣੀ ਕਾਫੀ ਸਾਊਥ ਏਸ਼ੀਅਨ ਕਮਿਊਨਿਟੀ ਆ ਉੱਥੇ ਜਿਹੜਾ ਲਿਸਟਿੰਗਸ ਦਾ ਨੰਬਰ ਆ ਉਹ ਹੁਣ ਥੱਲੇ ਜਾਣਾ ਸ਼ੁਰੂ ਹੋ ਗਿਆ ਜੀ ਇੱਕ ਚੀਜ਼ ਮੈਂ ਇੱਥੇ ਦੱਸਣੀ ਚਾਹਾਂਗਾ ਕਿ ਜਦੋਂ ਵੀ ਲਿਸਟਿੰਗਸ ਘਟਦੀਆਂ ਨੇ ਮਾਰਕੀਟ ਦੇ ਵਿੱਚ ਲਿਸਟਿੰਗਸ ਦਾ ਨੰਬਰ ਥੱਲੇ ਜਾਂਦਾ ਵਾ ਜੀ ਤਾਂ ਉਸ ਟਾਈਮ ਦੇ ਵਿੱਚ ਹੁੰਦਾ ਕੀ ਆ ਕਿ ਜਿਹੜੇ ਬਾਇਰਸ ਨੇ ਬਾਇਰ ਮਾਰਕੀਟ ਦੇ ਵਿੱਚ ਜੇ ਉਨੇ ਹੀ ਆ ਜਿਵੇਂ ਕਹ ਲਓ ਸਪਲਾਈ ਤੇ ਡਿਮਾਂਡ ਵਾਲਾ ਜਿਹੜਾ ਫਾਰਮੂਲਾ ਉਹ ਕੰਮ ਕਰਦਾ ਵਾ ਮਾਰਕੀਟ ਦੇ ਵਿੱਚ ਬਾਇੰਗ ਸਾਈਡ ਤੇ ਥੋੜੀ ਐਕਟੀਵਿਟੀ ਆ ਜਿਹੜੀ ਵੱਧ ਜਾਂਦੀ ਆ ਔਰ ਜਿਵੇਂ ਹੁਣ ਪਿਛਲੇ ਕਾਫੀ ਮਹੀਨਿਆਂ ਤੋਂ ਇੰਟਰਸਟ ਰੇਟ ਦੇ ਵਧਨ ਕਰਕੇ ਮਾਰਕੀਟ ਬਾਇੰਗ ਸਾਈਡ ਤੇ ਕਾਫੀ ਡਾਊਨ ਹੋਈ ਹੋਈ ਸੀ ਕਿ ਲੋਕੀ ਘਰ ਨਹੀਂ ਬਾਵਾ ਬਾਇ ਕਰ ਰਹੇ ਸੀਗੇ ਤਾਂ ਹੁਣ ਜੇ ਲਿਸਟਿੰਗ ਦਾ ਨੰਬਰ ਥੱਲੇ ਜਾਂਦਾ ਰਿਹਾ ਤਾਂ ਸਾਨੂੰ ਇਹ ਲੱਗ ਰਿਹਾ ਕਿ ਮਾਰਕੀਟ ਥੋੜੀ ਜਿਹੀ ਹੋਰ ਸਟੇਬਲ ਹੋ ਜਾਏਗੀ ਮਾਰਕੀਟ ਦੇ ਵਿੱਚ ਐਕਟੀਵਿਟੀ ਵੱਧ ਜਾਏਗੀ ਔਰ ਬਾਕੀ ਜਿੱਦਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਹੋ ਸਕਦਾ ਹੈ ਕਿ ਜਿਹੜਾ 7 ਸਤੰਬਰ ਨੂੰ ਇੰਟਰਸਟ ਰੇਟ ਦੀ ਚੇਂਜ ਆ ਉਹ ਸ਼ਾਇਦ ਕੋਈ ਬਹੁਤ ਜ਼ਿਆਦਾ ਨਾ ਵੱਡੀ ਚੇਂਜ ਕੀਤੀ ਜਾਵੇ ਕਿਉਂਕਿ ਥੋੜਾ ਬਹੁਤ ਜੋ ਇਨਫਲੇਸ਼ਨ ਆ ਉਹ ਵੀ ਹੁਣ ਠੀਕ ਹੋਣ ਵਾਲੀ ਸਾਈਡ ਤੇ ਚੱਲ ਪਿਆ ਵਾ ਮਤਲਬ ਇਨਫਲੇਸ਼ਨ ਵੀ ਥੋੜਾ ਬਹੁਤ ਜਿਹੜਾ ਉਹ ਘਟ ਰਿਹਾ ਵਾ ਹੁਣ ਪਹਿਲਾਂ ਨਾਲੋਂ ਠੀਕ ਹੈ ਜੀ ਔਰ ਤੁਸੀਂ ਅਗਰ ਕਿਸੇ ਵੀ ਫੀਲਡ ਦੇ ਕਿਸੇ ਵੀ ਇਲਾਕੇ 'ਚ ਜਾਂਦੇ ਹੋ ਔਰ ਮੈਨੂੰ ਬੜੀ ਖੁਸ਼ੀ ਹੈ ਪ੍ਰਵੀਨ ਇੱਕ ਦਿਨ ਅਸੀਂ ਇੱਧਰ ਏਅਰਪੋਰਟ ਔਰ ਸੈਂਡਲਵੁੱਡ ਵਾਲੇ ਪਾਸੇ ਜਾ ਰਹੇ ਸੀ ਇੱਕ ਦਿਨ ਮੇਰੇ ਖਿਆਲ ਦੇ ਵਿੱਚ ਅਸੀਂ ਜਿਹੜਾ ਸੈਂਟਰਲ ਬ੍ਰੈਂਪਟਨ ਹੈ ਉੱਧਰ ਸੀ ਇੱਕ ਵਾਰੀ ਮੇਰੇ ਖਿਆਲ ਇੱਧਰ ਫਾਈਨੈਂਸ਼ੀਅਲ ਡਰਾਈਵ ਔਰ ਸਟੀਲ ਵਾਲੇ ਪਾਸੇ ਸੀ ਮਿਸਾਗਾ ਵਾਲੇ ਪਾਸੇ ਜਾਓ ਤੁਹਾਡੇ ਬੋਰਡ ਕਿਤਨਾ ਕਿਤੇ ਮਿਲ ਜਾਂਦੇ ਆ ਦੇਖਣ ਨੂੰ ਵੀਕਐਂਡ ਦੇ ਉੱਤੇ ਤੁਸੀਂ ਓਪਨ ਹਾਊਸ ਲਗਾਏ ਹੁੰਦੇ ਆ ਤਾਂ ਮੈਨੂੰ ਬੜੀ ਖੁਸ਼ੀ ਵੀ ਹੁੰਦੀ ਹੈ ਇਸ ਗੱਲ ਕਰਕੇ ਕਿ ਤੁਸੀਂ ਬੜੇ ਥੋੜੇ ਸਮੇਂ ਦੇ ਵਿੱਚ ਨਾ ਸਿਰਫ ਆਪ ਬਲਕਿ ਆਪਣੇ ਨਾਲ ਇੱਕ ਬੜੀ ਵੱਡੀ ਟੀਮ ਜੋੜੀ ਹੋਈ ਹੈ ਔਰ ਹਰ ਵੀਕਐਂਡ ਤੇ ਮੇਰੇ ਖਿਆਲ ਤੁਹਾਡੀਆਂ ਕਾਫੀ ਸਾਰੀਆਂ ਜਿਹੜੀਆਂ ਪ੍ਰਾਪਰਟੀ ਜਿਹੜੀਆਂ ਲਿਸਟਿੰਗ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਅੱਛਾ ਫਟਾਫਟ ਸਾਨੂੰ ਇਹ ਦੱਸੋ ਕਿ ਪਿਛਲੇ ਦਿਨਾਂ 'ਚ ਇੱਕ ਰਿਪੋਰਟ ਆਈ ਸੀ ਕਿ ਜਿਹੜੇ ਸਾਡੇ ਯੰਗ ਬੱਚੇ ਆ ਜਿਹਨਾਂ ਨੂੰ ਅਸੀਂ ਮਿਲੇਨੀਅਮ ਬੱਚੇ ਕਹਿੰਦੇ ਹਾਂ ਮਤਲਬ ਜਿਹੜੇ 2000 ਤੋਂ ਬਾਅਦ ਪੈਦਾ ਹੋਏ ਆ 21-22-23 ਸਾਲ ਦੇ ਜਿਹੜੇ ਹੁਣ ਹੋਣ ਵਾਲੇ ਆ ਹੋ ਰਹੇ ਆ ਉਹ ਅੱਜ ਇਹ ਉਮੀਦ ਨਹੀਂ ਕਰ ਪਾ ਰਹੇ ਕਿ ਕਦੀ ਉਹ ਆਪਣਾ ਘਰ ਲੈ ਪਾਣਗੇ ਇਹਨਾਂ ਇਲਾਕਿਆਂ ਦੇ ਵਿੱਚ ਸਿਟੀ ਦੇ ਵਿੱਚ ਤਾਂ ਉਹਨਾਂ ਨੂੰ ਇਹ ਲੱਗਦਾ ਹੈ 62% ਇਹ ਸੋਚਦੇ ਆ ਕਿ ਜੇ ਉਹਨਾਂ ਨੂੰ ਘਰ ਕਦੀ ਮਿਲੇਗਾ ਤੇ ਦੂਰ ਦੁਰਾਡੇ ਕਿਤੇ ਛੋਟੇ ਸ਼ਹਿਰਾਂ ਜਾ ਕੇ ਮਿਲੇਗਾ ਤੇ ਬਾਕੀ 28% ਤੇ ਉਹ ਆ ਜਿਹੜੇ ਉਮੀਦ ਲਾ ਬੈਠੇ ਆ ਕਿ ਘਰ ਸ਼ਾਇਦ ਕਦੀ ਮਿਲੇ ਹੀ ਨਾ ਸਾਨੂੰ ਤਾਂ ਇਹ ਜਿਹੜਾ ਇਸ ਵੇਲੇ ਜਿਹੜਾ ਇੱਕ ਤਰ੍ਹਾਂ ਦਾ ਚਿੰਤਾ ਦਾ ਆਲਮ ਹੈ ਨਾ ਬੱਚਿਆਂ ਦੇ ਵਿੱਚ ਪ੍ਰਾਈਸਿਸ ਇੰਨੀ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਤੁਸੀਂ ਉਹਨਾਂ ਵਾਸਤੇ ਕੁਝ ਦੱਸਣਾ ਚਾਹੋ ਸਨੀ ਸਾਹਿਬ ਇਹ ਜਿਹੜੀ ਗੱਲ ਆ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਕਿ ਇੱਥੇ ਵੀ ਜਿਹੜਾ ਹੁਣ ਜਿਹੜਾ ਕਲਚਰ ਆ ਨਾ ਜੀ ਉਹ ਮੈਨੂੰ ਇਹ ਲੱਗ ਰਿਹਾ ਕਿ GTA ਦਾ ਕਲਚਰ ਆ ਕਾਫੀ ਚੇਂਜ ਹੁੰਦਾ ਜਾ ਰਿਹਾ ਜਿਵੇਂ ਜੀ ਆਪਾਂ ਗੱਲ ਕਰੀਏ ਬਾਕੀ ਜਿਹੜੇ ਦੁਨੀਆ ਦੇ ਵਿਕਸਿਤ ਦੇਸ਼ ਨੇ ਜਿਵੇਂ ਆਪਾਂ ਯੂਰਪ ਦੀ ਖਾਸ ਕਰਕੇ ਗੱਲ ਕਰੀਏ ਯੂਰਪ ਦੇ ਵਿੱਚ ਜਿਵੇਂ ਪ੍ਰਾਪਰਟੀਜ਼ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਕਿ ਉੱਥੇ ਜਿਹੜੇ ਯੰਗਸ ਨੇ ਉਹ ਆਪਣੇ ਪੇਰੈਂਟਸ ਦੀ ਹੈਲਪ ਨਾਲ ਜਾਂ ਪੇਰੈਂਟਸ ਦੀ ਫੈਮਿਲੀ ਵਾਲਾ ਘਰ ਆ ਜਿਹੜਾ ਉਹਨੂੰ ਹੀ ਅੱਗੇ ਕੈਰੀ ਕਰਦੇ ਨੇ ਬਹੁਤੀਆਂ ਅੱਗੇ ਨਵੀਆਂ ਪ੍ਰਾਪਰਟੀ ਨਹੀਂ ਬਾਏ ਕਰ ਪਾਉਂਦੇ ਉਹਦੇ 'ਚ ਕੁਛ ਹੋਰ ਵੀ ਰੀਜ਼ਨ ਨੇ ਕਿ ਉੱਥੇ ਮਤਲਬ ਅਵੇਲੇਬਿਲਿਟੀ ਵੀ ਥੋੜਾ ਜਿਹਾ ਲੈਂਡ ਘੱਟ ਹੋਣ ਕਰਕੇ ਡਿਫਰੈਂਟ ਆ ਉਹ ਸੇਮ ਚੀਜ਼ ਇੱਥੇ ਲੱਗ ਰਹੀ ਹੈ ਕਿ ਜਿਹੜੇ ਹੁਣ ਯੰਗ ਬੱਚੇ ਨੇ ਜੀ ਉਹਨਾਂ ਦੇ ਲਈ GTA ਦੇ ਵਿੱਚ ਜਿਹੜਾ ਪ੍ਰਾਈਸ ਪੁਆਇੰਟ ਆ ਉਹ ਇੰਨਾ ਜ਼ਿਆਦਾ ਵੱਧ ਚੁੱਕਿਆ ਜੀ ਆਪਾਂ ਜੇ ਹੁਣ ਗੱਲ ਕਰੀਏ ਅੱਜ ਦੀ ਡੇਟ ਦੇ ਵਿੱਚ ਸੈਨੀ ਸਾਹਿਬ ਕੋਈ ਵੀ ਜਿਹੜਾ ਘਰ ਆ ਭਾਵੇਂ ਮਾਰਕੀਟ ਕਰੈਕਟ ਵੀ ਹੋਈ ਆ ਅੱਜ ਦੀ ਡੇਟ ਦੇ ਵਿੱਚ 8-9 ਲੱਖ ਤੋਂ ਥੱਲੇ GTA ਦੇ ਵਿੱਚ ਕੁਛ ਵੀ ਨਹੀਂ ਮਿਲਦਾ ਤੁਹਾਨੂੰ ਠੀਕ ਰਹਿਣ ਵਾਸਤੇ ਜੀ ਜੀ ਰਾਈਟ ਹੁਣ ਜੇ 8-9 ਲੱਖ ਦੀ ਕੋਈ ਵੀ ਪ੍ਰਾਪਰਟੀ ਤੁਸੀਂ ਬਾਏ ਕਰਨੀ ਆ ਤੁਸੀਂ 20% ਉੱਤੇ ਡਾਊਨ ਪੇਮੈਂਟ ਵੀ ਦਿੰਦੇ ਹੋ ਤੁਸੀਂ ਉਹਦੇ ਤੇ ਮੰਨ ਲਓ ਆਪਾਂ ਇਹ ਮੰਨ ਕੇ ਚੱਲੀਏ ਜੀ $1.5-2 ਲੱਖ ਤੁਸੀਂ ਡਿਪੋਜ਼ਿਟ ਦੇ ਕੇ ਡਾਊਨ ਪੇਮੈਂਟ ਦੇ ਕੇ ਪ੍ਰਾਪਰਟੀ ਲੈਂਦੇ ਹੋ 7 ਲੱਖ ਦੀ ਤੁਸੀਂ ਉਹਦੇ ਤੇ ਮੌਰਗੇਜ ਲੈਂਦੇ ਹੋ ਜੇ ਫਿਰ ਵੀ 7-7.5 ਲੱਖ ਦੀ ਤਾਂ ਜਿਹੜੀਆਂ ਆਪਣੇ ਯੰਗ ਬੱਚੇ ਨੇ ਜੋ ਉਹਨਾਂ ਦੀ ਇਨਕਮ ਆ ਉਹ ਇਨਕਮ ਤੇ ਉਹ ਕੁਆਲੀਫਾਈ ਨਹੀਂ ਕਰਦੇ ਉਹਨਾਂ ਮੌਰਗੇਜ ਵਾਸਤੇ ਸੋ ਇਸ ਕਰਕੇ ਉਹਨਾਂ ਦੇ ਲਈ GTA ਦੇ ਵਿੱਚ ਜਿਵੇਂ ਕਹਿ ਲਓ ਕਿ ਆਪਦੇ ਤੌਰ ਤੇ ਘਰ ਲੈਣਾ ਕਾਫੀ ਮੁਸ਼ਕਲ ਹੁੰਦਾ ਜਾ ਰਿਹਾ ਅੰਟਲ ਅਨਲੈਸ ਕਿਸੇ ਦੀ ਫੈਮਿਲੀ ਉਹਨਾਂ ਦੀ ਪੇਰੈਂਟਸ ਉਹਨਾਂ ਨੂੰ ਸਪੋਰਟ ਕਰਦੇ ਨੇ ਉਸ ਘਰ ਵਾਸਤੇ ਤਾਂ ਗੱਲ ਵੱਖਰੀ ਆ ਔਰ ਉਹਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਜਿਵੇਂ ਕਹਿ ਲਓ ਚਿੰਤਾ ਵੀ ਆ ਔਰ ਡਿਸਅਪੁਆਇੰਟਮੈਂਟ ਵੀ ਆ ਕਿ ਇੱਥੇ ਪੜ੍ਹ ਲਿਖ ਕੇ ਇੱਥੇ
ਉਹਨਾਂ ਦਾ ਜਨਮ ਹੋਇਆ ਇੱਕ ਡਿਵੈਲਪ ਕੰਟਰੀ ਦੇ ਵਿੱਚ, ਬਟ ਉਹਨਾਂ ਦੇ ਲਈ ਇਸ ਮੇਨ ਸ਼ਹਿਰ ਦੇ ਵਿੱਚ ਰਹਿਣਾ ਕਾਫੀ ਮੁਸ਼ਕਲ ਹੁੰਦਾ ਜਾ ਰਿਹਾ। ਉਹਨਾਂ ਨੂੰ ਬਾਹਰ ਜਿਹੜੀਆਂ ਆਊਟਰ ਲੋਕੇਸ਼ਨਸ ਨੇ ਕਈ 50 ਕਿਲੋਮੀਟਰ 60 ਕਿਲੋਮੀਟਰ ਉੱਥੇ ਜਾ ਕੇ ਉਹਨਾਂ ਨੂੰ ਕੋਈ ਨਾ ਕੋਈ ਪ੍ਰਾਪਰਟੀ ਹੈ ਨਾ ਰਹਿਣ ਵਾਸਤੇ ਆਪਣੀ ਜਗ੍ਹਾ ਲੈਣੀ ਪੈ ਰਹੀ ਹੈ ਜੀ। ਹਾਂ ਬਿਲਕੁਲ ਠੀਕ ਹੈ ਜੀ, ਔਰ ਇਹ ਜਿਹੜਾ ਰੁਕਣ ਵਾਲਾ ਕੰਮ ਨਹੀਂ ਹੈ, ਅਸੀਂ ਬਾਰ ਬਾਰ ਗੱਲ ਕਹਿ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਵੱਧ ਰਹੀ ਹੈ ਇੱਥੇ ਪਾਪੂਲੇਸ਼ਨ, ਇਹਦੇ ਨਾਲ ਅਸੀਂ ਸਾਰੇ ਇਸ ਗੱਲ ਨਾਲ ਇੱਕਮਤ ਹਾਂ, ਸਹਿਮਤ ਹਾਂ ਕਿ ਦਿਨੋ ਦਿਨ ਹਾਲਾਤ ਜਿਹੜੇ ਹੈ ਉਹ ਹੋਰ ਵੀ ਜਿਹੜੇ ਰੀਅਲ ਸਟੇਟ ਦੇ ਹੈ ਉਹ ਚਿੰਤਾ ਵਾਲੇ ਹੀ ਹੋਣਗੇ, ਕਿਉਂਕਿ ਆਮ ਲੋਕ ਇਹਨੂੰ ਅਫੋਰਡ ਨਹੀਂ ਕਰ ਪਾਣਗੇ। ਅਤੇ ਇਹਦੇ ਵਾਸਤੇ ਕੋਈ ਨਾ ਕੋਈ ਤਰੀਕਾ ਲੱਭੋ, ਜਿਸ ਤਰ੍ਹਾਂ ਪ੍ਰਵੀਨ ਹੋਰੀ ਹਮੇਸ਼ਾ ਇੱਕ ਸਲਾਹ ਦਿੰਦੇ ਹੁੰਦੇ ਹੈ ਕਿ ਇੱਕਦਮ ਵੱਡੀ ਛਾਲ ਨਾ ਮਾਰੋ, ਲੇਕਿਨ ਛੋਟੀ ਮੋਟੀ ਕੋਈ ਪ੍ਰੋਪਰਟੀ ਲੈ ਕੇ ਆਪਣਾ ਜਿਹੜਾ ਤੁਸੀਂ ਕ੍ਰੈਡਿਟ ਬਿਲਡ ਕਰੋ, ਆਪਣਾ ਖਾਤਾ ਖੋਲ੍ਹੋ ਤਾਂ ਕਿ ਤੁਹਾਨੂੰ ਬੈਂਕਾਂ ਤੋਂ ਛੋਟੀ ਮੌਡਗੇਜ ਐਟਲੀਸਟ ਮਿਲ ਸਕੇ। ਫਿਰ ਹੌਲੀ ਹੌਲੀ ਜੇ ਤੁਹਾਡਾ ਬੈਂਕ ਨਾਲ ਰਿਲੇਸ਼ਨ ਬਣ ਜਾਂਦਾ ਹੈ ਤਾਂ ਤੁਸੀਂ ਅੱਗੇ ਚੱਲ ਕੇ ਵੱਡੀ ਮੌਡਗੇਜ ਵੀ ਲੈ ਸਕਦੇ ਹੋ, ਕਿਉਂਕਿ ਤੁਹਾਡਾ ਇੱਕ ਰਿਲੇਸ਼ਨਸ਼ਿਪ ਇਸਟੈਬਲਿਸ਼ ਹੋ ਜਾਂਦਾ ਹੈ। ਤਾਂ ਬਹੁਤੀ ਦੇਰ ਨਾ ਕਰੋ, ਜੇ ਤੁਸੀਂ ਸੋਚ ਰਹੇ ਹੋ ਕਿ ਕੋਈ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਪ੍ਰੋਪਰਟੀ ਮਿਲ ਜਾਏ, ਜਿੰਨੀ ਕੁ ਅਫੋਰਡੇਬਿਲਟੀ ਤੁਹਾਡੀ ਹੋਵੇ, ਤਾਂ ਪ੍ਰਵੀਨ ਹੋਰ ਨਾਲ ਜ਼ਰੂਰ ਗੱਲ ਕਰ ਲਓ। ਔਰ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਜੀ ਕਿ ਹਰ ਹਫ਼ਤੇ ਇਹਨਾਂ ਦੇ ਬਹੁਤ ਸਾਰੇ ਓਪਨ ਹਾਊਸ ਲੱਗਦੇ ਆ, ਇਹਨਾਂ ਕੋਲ ਪ੍ਰੋਪਰਟੀਆਂ ਦੀ ਲਿਸਟ ਕਾਫੀ ਲੰਬੀ ਹੈ। ਤਾਂ ਤੁਸੀਂ ਮੈਂ ਸਾਰੀਆਂ ਹੁਣ ਇਸ ਵੇਲੇ ਰੇਡੀਓ ਇੰਟਰਵਿਊ 'ਚ ਨਹੀਂ ਅਸੀਂ ਸਾਰੀਆਂ ਕਵਰ ਕਰ ਸਕਦੇ, ਤਾਂ ਇਹਨਾਂ ਦੇ ਦਫ਼ਤਰ ਨਾਲ ਸੰਪਰਕ ਕਰੋ, ਮਿਲੋ, ਬੈਠੋ, ਸਲਾਹ ਲਵੋ। ਐਵੇਂ ਨਹੀਂ ਇਹ ਟੌਪ ਦੇ ਉੱਤੇ ਚੱਲ ਰਹੇ ਪਿਛਲੇ ਲੰਬੇ ਅਰਸੇ ਤੋਂ, ਉਹਦੇ ਪਿੱਛੇ ਰੀਜ਼ਨਸ ਨੇ, ਉਹ ਰੀਜ਼ਨ ਇਹੀ ਹੈ ਜੀ ਇਹਨਾਂ ਦੀ ਇਹਨਾਂ ਦਾ ਹਾਰਡ ਵਰਕ, ਇਹਨਾਂ ਦੀ ਡੈਡੀਕੇਸ਼ਨ ਔਰ ਫੁੱਲ ਸੈਟਿਸਫੈਕਸ਼ਨ ਆਫ ਦੇਅਰ ਕਲਾਇੰਟਸ। ਪ੍ਰਵੀਨ ਆਪਣਾ ਨੰਬਰ ਦੇਣਾ ਚਾਹੋ? ਹਾਂਜੀ ਸ਼ੈਨੀ ਸਾਹਿਬ, ਮੈਂ ਜਾਂਦਿਆਂ ਜਾਂਦਿਆਂ ਆਪਣੇ ਕੰਮ ਤੋਂ ਬਿਨਾਂ ਮੈਂ ਸਾਰੇ ਹੀ ਸਰੋਤਿਆਂ ਦਾ ਜੋ ਵੀ ਸਾਡੇ ਕਲਾਇੰਟਸ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ, ਕਿਉਂਕਿ ਸਾਡੀ ਮਿਹਨਤ ਨਾਲੋਂ ਇੰਪੋਰਟੈਂਟ ਆ ਉਹਨਾਂ ਦਾ ਸਾਡੇ ਤੇ ਟਰਸਟ ਕਰਨਾ ਤੇ ਸਾਨੂੰ ਮੌਕਾ ਦੇਣਾ ਜੀ ਉਹਨਾਂ ਦੇ ਨਾਲ ਕੰਮ ਕਰਨ ਵਾਸਤੇ। ਬਾਕੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਸਾਡੇ ਕੋਲ ਫਸਟ ਟਾਈਮ ਬਾਇਰਸ ਲਈ, ਸੈਕਿੰਡ ਟਾਈਮ ਬਾਇਰਸ ਲਈ ਔਰ ਅੱਗੇ ਇਨਵੈਸਟਰ ਵਾਸਤੇ ਵੀ ਕਾਫੀ ਆਪਸ਼ਨਸ ਨੇ। ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ teamarora.com, ਔਰ ਜੇ ਤੁਸੀਂ ਕੋਈ ਵੀ ਸਲਾਹ ਚਾਹੀਦੀ ਹੈ ਤੁਹਾਨੂੰ ਤੁਸੀਂ ਸਾਨੂੰ ਮਿਲ ਸਕਦੇ ਹੋ। ਮਿਸੀ ਸਾਗਰ ਸਾਡਾ ਆਫਿਸ ਆ ਜੀ ਡੈਰੀ ਐਂਡ ਮੈਕਲੋਗਲਨ ਤੇ, ਕੋਈ ਤੁਹਾਡਾ ਆਬਲੀਗੇਸ਼ਨ ਨਹੀਂ ਹੈ ਸਾਡੇ ਨਾਲ ਕੰਮ ਕਰਨ ਦਾ, ਅਸੀਂ ਤੁਹਾਨੂੰ ਜੋ ਆਪਣੀ ਨੌਲੇਜ ਦੇ ਮੁਤਾਬਕ ਬੈਸਟ ਐਡਵਾਈਸ ਦੇਵਾਂਗੇ। ਸਾਡਾ ਨੰਬਰ ਹੈ ਸੈਨੀ ਸਾਹਿਬ 416-910-8923। ਅਗੇਨ ਮੈਂ ਦੱਸਾਂਗਾ ਕਿ ਜੇ ਤੁਸੀਂ ਕਿਸੇ ਵੀ ਪ੍ਰੋਜੈਕਟ ਬਾਰੇ ਜਾਂ ਲਿਸਟਿੰਗਸ ਬਾਰੇ ਜਾਂ ਕਮਰਸ਼ੀਅਲ ਪ੍ਰਾਪਰਟੀ ਬਾਰੇ ਜਾਣਕਾਰੀ ਚਾਹੁੰਦੇ ਹੋ, ਸਾਡੀ ਵੈਬਸਾਈਟ ਵੀ ਵਿਜਿਟ ਕਰ ਸਕਦੇ ਹੋ teamarora.com। ਠੀਕ ਹੈ ਜੀ, ਥੈਂਕ ਯੂ ਸੈਨੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਪ੍ਰਵੀਨ, ਥੈਂਕ ਯੂ। ਅਗਲੇ ਫਰਾਈਡੇ ਫਿਰ ਕਰਾਂਗੇ ਗੱਲ।